ਹਾਂਜੀ ਸਤਿ ਅਲੈਕੁਮ ਮੈਂ ਹਾਦਲ ਜਮਾਨ ਤੁਸੀਂ ਦੇਖ ਰਹੇ ਹੋ ਬੀਸੀ ਪੰਜਾਬੀ ਲੋ ਜੀ ਮੈਂ ਵੀਡੀਓ ਲੈ ਕੇ ਜਿੱਦੇ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਬੋਨਸ 24 ਘੰਟੇ ਦੇ ਬਾਰੇ ਕਾਫੀ ਕੁਐਸਚਨ ਮੈਨੂੰ ਹੁੰਦੇ ਨੇ ਔਰ ਬੋਨਸ ਜਿਹੜਾ ਹੈ ਰੈਟੀ ਐਮਰਜੈਂਸੀ ਦੇ ਬਾਰੇ ਤੇ ਇਹਨਾਂ ਦੇ ਕਦਰਾਂ ਦੇ ਸ਼ੇਅਰ ਕਰਾਂਗਾ ਮੈਂ ਤੁਹਾਡੇ ਨਾਲ ਅੱਗੇ ਵਧਣੇ ਪਹਿਲੇ ਨਵੇਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਵੀਡੀਓ ਬਹੁਤ-ਬਹੁਤ ਸ਼ੇਅਰ ਕਰੋ ਕਿ ਬਾਕੀ ਨੂੰ ਵੀ ਹੈਲਪ ਹੋ ਸਕੇ ਲੋ ਜੀ ਬੇਸਿਕਲੀ ਕੰਦੋ ਕੰਦੋ ਆਰੀਵਾ ਗਾਡਾ ਆਉਣਾ ਹੈ ਬੋਨਸ 24 ਘੰਟੇ ਦੇਖੋ ਜੀ ਹੁਣ ਤੁਸੀਂ ਕਰਨਾ ਹੈ ਦਬਾਉਂ ਦਮੰਦਾ ਤੁਸੀਂ ਕਰ ਸਕਦੇ ਹੋ ਹੁਣ ਗਜ਼ੇਟ ਆਫੀਸ਼ੀਅਲ ਜਿਵੇਂ ਕਿ ਤੁਹਾਨੂੰ ਪਤਾ ਆ ਚੁੱਕਾ ਹੈ ਬੋਨਸ ਉਹ ਉਹਨਾਂ ਤਨ ਤੋਂ 2400 ਯੂਰੋ ਵਾਲਾ आप, 2400 ਯੂਰੋ ਜਿਹੜਾ ਇਹ ਬੋਨਸ ਆਉਣਾ ਹੈ ਫਿਲਹਾਲ ਜਿਹੜੀ ਅਪਡੇਟ ਆਈ ਆ ਹਾਲ ਦੀ ਘੜੀ ਤੱਕ ਅਪਡੇਟ ਆਈ ਹੈ ਐਮਸੀ ਤਰਫੋਂ ਦੇ ਮੁਕਾਬਕ ਇਹ ਬੋਨਸ 2400 ਆਮਨੇ ਜਿਹਦਾ ਤੁਸੀਂ ਦਮੰਦਾ ਹੋਣ ਤੋਂ ਕਰ ਸਕਦੇ ਹੋ ਇਹਦੀ ਐਕਸਪਾਇਰੀ ਡੇਟ ਹੈਗੀ ਹੈ 3 April ਤੱਕ ਇਸੇ ਤਰ੍ਹਾਂ ਰਹਤੀ ਹੈ ਮਰਚੈਂਸਾ ਦੀ 3 April ਹੀ ਆ ਐਕਸਪਾਇਰੀ ਡੇਟ ਹੈ ਯਾਨੀ ਕਿ ਦਮੰਦੇ ਕਰਨ ਦੀ ਤੇ ਇਸ ਵਾਰੀ ਮناسب ਹੈ ਕਿ ਤੁਸੀਂ ਦਮੰਦਾ ਜਲਦ ਜਲਦ ਕਰੋ ਜੇ ਜਲਦ ਹੋਣ ਦਮੰਦਾ ਕਰੋਗੇ ਤੇ ਉਮੀਦ ਕੀਤੀ ਜਾ ਸਕਦੀ ਹੈ ਜਿਸੋ ਵੀ ਤੁਸੀਂ ਦਮੰਦਾ ਕਰਦੇ ਹੋ ਰੈਡ ਐਮਰਜੈਂਸੀ ਸਾਤਾ ਤੋਂ ਬਾਅਦ ਦਮੰਦਾ ਹੋਣਾ ਲੇਕਿਨ 24 ਘੰਟੇ ਤੋ ਦਮੰਦਾ ਤੁਸੀਂ ਕਾਗਜ਼ ਪਤਰ ਨਾਲ ਨਾਲ ਆਪਣੇ ਨਾਲ ਰਾਬਤਾ ਕਰ ਸਕਦੇ ਹੋ ਜੇ ਦਮੰਦੇ ਚੱਲਦੇ ਨੇ ਪਏ ਤੇ ਉਤੋਂ ਤੁਸੀਂ ਕਰਾ ਸਕਦੇ ਹੋ ਕਿਉਂਕਿ ਇਹਦੇ ਚੱਲ ਰਹੇ ਨੇ ਦਮੰਦੇ ਇਹ ਤਰੀਕ ਤੋਂ ਦਮੰਦੇ ਸਟਾਰਟ ਹੋ ਜਾਣੇ ਸਨ ਲੇਕਿਨ ਰੈਡ ਦੀ ਐਮਰਜੈਂਸੀ ਸਾਤੇ ਦਮੰਦੇ ਜੇ ਨਹੀਂ ਚੱਲ ਰਹੇ ਉਹ 7 ਤਰੀਕ ਤੋਂ ਸਟਾਰਟ ਹੋਣੇ ਨੇ ਉਹਦੇ ਪੈਸੇ ਪ੍ਰੇਪੇਅਰ ਰੋ ਉਹਦੇ ਪੈਸੇ ਜੀ ਇਹ ਜੀ ਵਗੈਰਾ ਨਹੀਂ ਹੈ ਕਿਸੇ ਕੋਲ ਤਾਂ ਹੋਈ ਜੇ ਆਪਣ ਤੇ ਬੋਨਸ 24 ਯੂਰੋ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਲਈ ਲਾਜ਼ਮੀ ਹੈ ਕਿ ਉਹ ਇੱਕ ਹੀ ਬੋਨਸ ਅਪਲਾਈ ਕਰਨ ਨੇ ਉਹਨਾਂ ਨੇ ਜਿਹੜਾ ਜਿਹੜੇ ਜਿਨ੍ਹਾਂ ਲਈ ਕੰਪੈਟੀਬਲ ਹੈ ਵੇ ਕਿਉਂਕਿ ਆਪਾਂ ਪਹਿਲੇ ਕਨਫਰਮੇਸ਼ਨ ਕਰਾਓਗੇ ਤੁਹਾਡਾ ਕੋਲ ਤੁਸੀਂ ਕੰਪੈਟੀਬਲ ਤੁਹਾਡਾ ਪਰਤੀਤਾ ਹੋਵੇ ਤੁਹਾਡੇ ਲਾਤ ਤੋਂ ਸੀਜ਼ਨਲ ਵਰਕਰ ਜਿਹਾ ਤੁਸੀਂ ਉਹ ਸੀਜ਼ਨਲ ਕੰਮ ਕਰਦੇ ਹੋ ਤੁਹਾਡਾ ਕੰਪੈਟੀਬਲ ਹੈ ਉਹ ਤੁਸੀਂ 24 ਯੂਰੋ ਲਈ ਤਾਂ ਤੁਸੀਂ ਅਪਲਾਈ ਕਰੋ ਜੇ ਤੁਸੀਂ ਕੰਪੈਟੀਬਲ ਨਹੀਂ ਹੈ ਤਾਂ ਤੁਹਾਡਾ ਕੋਲ ਦੂਜਾ ਆਪਸ਼ਨ ਹੈ 400 ਯੂਰੋ ਦਾ ਬੋਨਸ ਰੈਡੂ ਦੇ ਅਮਰਜੈਂਸੀ ਦਾ ਜ਼ਮਾਨਾ ਕਰ ਲੈਣਾ ਵੀ ਕਮਜ਼ ਕਮ ਉਹ ਤੇ ਆ ਜੇ ਨਾ ਤੇ ਇਹ ਦਮਾਂ ਦਾ ਬੇਸਿਕਲੀ ਐਕਸਪਾਇਰੀ ਹੈਗੀ ਹੈ ਰਿਕੁਆਇਰਮੈਂਟ ਜਿਹੜੀ ਮੈਂ ਪਹਿਲੇ ਤੁਹਾਨੂੰ ਜ਼ਿਕਰ ਕਰ ਚੁੱਕਿਆ ਹਾਂ ਮਜ਼ੀਦ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਸ ਵੀ ਐਦਾ ਲਿੰਕ ਦੇ ਦੇਵਾਂਗਾ ਕਿ ਤੁਹਾਨੂੰ ਹੋਰ ਹੈਲਪ ਹੋ ਜੇ ਇਹ ਜਿਹੜਾ ਨਾ ਅਪੋਜ਼ ਟੂ ਰਿਕੁਐਸਟ ਕਰਨਾ ਤੁਸੀਂ ਇੰਤ੍ਰੋ ਇੰਤ੍ਰੋ 30 ਅਪ੍ਰੈਲ 2023 3 ਅਪ੍ਰੈਲ 2021 ਦੇ ਵਿੱਚ ਤੇ 24 ਜਿਓਰੋ ਦਾ ਦਮਾਂ ਦਾ ਜਿਹਨਾਂ ਨੇ ਕਰਨਾ ਹੈ ਉਹ ਕੋਸ਼ਿਸ਼ ਕਰਨ ਕਿ ਕਾਫ ਪਤਨੋਂ ਨਾ ਤੋਂ ਆਪਣੇ ਨਜ਼ਦੀਕੀ ਜਿਹੜੇ ਨੇ ਉਹਨਾਂ ਤੋਂ ਜਾ ਕੇ ਦਮਾਂ ਦਾ ਕਰਨ ਪਹਿਲੇ ਪੁੱਛਣ ਵੀ ਹੋਣਾ ਵੀ ਕਿ ਨਹੀਂ ਐਦਾ ਨਾ ਕਰ ਦੇਣ ਕਮਜ਼ ਕਮ ਜੇ ਨਹੀਂ ਹੁੰਦਾ ਤਾਂ 3 April ਤੱਕ ਦਮਾਦਿਆਂ ਦਾ ਟਾਈਮ ਹੈ ਤੁਸੀਂ ਕਮਜ਼ ਕਮ ਰਤ ਦੀ ਐਮਰਜੈਂਸੀ ਦਾ ਬੋਨਸ ਮਿਸ ਨਾ ਕਰੋ ਹੈ ਵੀ ਮਕਸਦ ਹੈ ਤੇ ਰਤ ਦੀ ਐਮਰਜੈਂਸੀ ਦੀ ਗੱਲ ਕਰੀਏ ਥੋੜੀ ਕੋਈ ਕਨਫਿਊਜ਼ਨ ਨਾ ਬੰਦਿਆਂ ਨੂੰ ਜਿਹੜੀ ਮੈਂ クリア ਕਰਨ ਦੀ ਕੋਸ਼ਿਸ਼ ਕਰਾਂਗਾ ਜੇ ਇੱਕ ਫੈਮਿਲੀ ਮੈਂਬਰ ਇੱਕ ਫੈਮਿਲੀ ਦੇ ਜਿੰਨੇ ਮੈਂਬਰ ਨਾ 2 4 6 8 9 ਉਹ ਹਰ ਬੰਦਾ ਨਹੀਂ ਕਰ ਸਕਦਾ ਇੱਕ ਫੈਮਿਲੀ ਦੇ ਵਿੱਚ ਇੱਕ ਬੰਦਾ ਹੀ ਰਤ ਦੀ ਐਮਰਜੈਂਸੀ ਦਾ ਦਮਾਦਾਂ ਕਰੇਗਾ ਲੇਕਿਨ ਉਹਦੇ ਵਿੱਚ ਆਪਸ਼ਨ ਹੈ ਮੰਨ ਲਓ ਦੂਸਰਾ ਬੰਦਾ ਜੇ ਲੈ ਰਿਹਾ ਹੈ ਨਸਪੀ ਯਾਨੀ ਕਿ ਹਸਬੰਦ ਨਾਸਪੀ 라 ਰਹਾ ਹੈ ਤੇ ਵਾਈਫ ਰੱਤ ਦੀ ਅਮਰਜੈਂਸੀ ਦਾ ਦਮਾਂਦਾ ਕਰਦੇ ਉਹਦਾ ਐਕਸੈਪਟ ਹੋ ਜਾਏਗਾ ਜੇ ਹਸਬੰਦ ਹੀ ਨਾਸਪੀ ਲੈ ਰਿਹਾ ਹੈ ਔਰ ਹਸਬੰਦ ਹੀ ਰੱਤ ਦੀ ਅਮਰਜੈਂਸੀ ਦਾ ਦਮਾਂਦਾ ਕਰ ਰਿਹਾ ਹੈ ਜਾਂ ਫਿਰ ਉਹ ਰੱਤ ਜਿਹਦਾ ਨਾਸ ਰੱਤ ਜਿਹਦਾ ਨਾਸ ਲੈ ਰਿਹਾ ਔਰ ਉਹ ਹੀ ਦਮਾਂਦਾ ਕਰ ਦਿੰਦਾ ਤਾਂ ਇਹਦੇ ਲਈ ਕੰਪੈਟੀਬਲ ਨਹੀਂ ਹੋਣਾ ਲਗਾ ਮੁਸ਼ਕਲ ਹੋ ਜਾਣਾ ਠੀਕ ਹੈ ਇਸ ਵਾਸਤੇ ਮੁਨਾਸਬ ਇਹ ਹੈ ਕਿ ਇੱਕ ਜੀ ਜੇ ਕਰਦਾ ਹੈ ਦਮਾਂਦਾ ਇੱਕ ਚੀਜ਼ ਦਾ ਦੂਜਾ ਜੀ ਦੂਸਰੀ ਚੀਜ਼ ਦਾ ਦਮਾਂਦਾ ਕਰ ਦੇਵੇ ਬੇਸਿਕਲੀ ਜਦ ਦਮਾਂ ਦਾ ਕਰਦਾ ਨਾ ਬੰਦਾ ਜਦ ਤੁਰਾ ਕਾਫ ਪਦਰੋਂ ਦਾ ਤੁਸੀਂ ਉੱਤੇ ਜਾ ਕੇ ਸਲਾਹ ਕਰਦੇ ਹੋ ਉੱਤੇ ਜਾ ਕੇ ਤੁਸੀਂ ਦਮਾਂ ਦਾ ਕਰਦੇ ਜੇ ਕੋਈ 10 ਪੀ ਆਰਦੀ ਚੀ ਲੈ ਰਿਹਾ ਰਹੇ ਤੇ ਜਿਹਦੇ ਦਿਨਾਂ ਦਾ ਤੇ ਉਹਦੇ ਨਾਲ ਕੰਪੈਟੀਬਲ ਜਨਰਲ ਨਹੀਂ ਹੈ ਲੇਕਿਨ ਜੇ ਤੁਹਾਨੂੰ ਰਕਮ ਬਹੁਤ ਥੋੜੀ ਆ ਰਹੀ ਹੈ ਜੇ ਕੋਈ ਸਾਨੂੰ 50 100 ਰੁਪਏ ਆ ਰਹੇ ਆ 80 ਰੁਪਏ ਆ ਰਹੇ ਨੇ ਫਿਰ ਉਹਦੇ ਵੀ ਚਾਂਸਸ ਹੁੰਦੇ ਨੇ ਕਿ ਤੁਹਾਡਾ ਦਮਾਂ ਦਾ ਰਹਤ ਜੇ ਜੇ ਤਾਂ ਰਹਤ ਦੀ ਅਮਰਜੈਂਸੀ ਦਾ ਐਕਸੈਪਟ ਹੋ ਜਾਏ ਬਕਾਇਆ 300 ਦੇ ਲਈ ਕਿਉਂਕਿ ਉਹਦੀ ਅਮਾਉਂਟ ਹੈਗੀ ਹੈ 400 ਯੂਰੋ ਰੈਡੋ ਦੀ ਇੱਕ ਸਿੰਗਲ ਬੰਦੇ ਦੇ ਲਈ ਫੈਮਿਲੀ ਹੋਵੇ ਤਾਂ 800 ਜਾਂ 845 ਤੱਕ ਪੈਸੇ ਜਾ ਸਕਦੇ ਨੇ ਮੰਨ ਲਓ ਕੱਲੇ ਬੰਦੇ ਦੀ ਐਗਜ਼ੈਂਪਲ ਅਸੀਂ ਦਿੰਦੇ ਆ ਜੇ ਕੋਈ ਬੰਦਾ ਲੈ ਰਿਹਾ 80 ਯੂਰੋ 80 ਯੂਰੋ ਰੈਡੋ ਜੀ ਦਾ ਦੇ ਨਾਂ ਤੇ ਲੈ ਰਿਹਾ ਜਾਂ ਨਾਸਪੀ ਲੈ ਰਿਹਾ ਇਤਨੇ ਕੀ ਤੇ 70 ਯੂਰੋ ਕੋਈ ਬੰਦੇ ਮੈਂ ਦੇਖੇ ਨਾਸਪੀ ਲੰਦੇ ਹੋਏ ਤੇ 70 80 ਯੂਰੋ ਜਿਤਨਾ ਨੂੰ ਮਿਲਦੇ ਨੇ ਵੇ ਫਿਰ ਤੁਸੀਂ ਰੈਡੋ ਦੀ ਐਮਰਜੈਂਸੀ ਦਾ ਦਮਾਂਦਾ ਕਰੋਗੇ 80 ਯੂਰੋ ਤੁਹਾਨੂੰ ਰਾਤ ਦੀ ਚੀਜ਼ ਦੇ ਮਿਲਦੇ ਰਹਿਣਗੇ ਔਰ ਬਕਾਇਆ ਜਿਹੜਾ 320 ਯੂਰੋ ਦੀ ਅਮਾਉਂਟ ਹੈ ਉਹ ਤੁਹਾਨੂੰ ਰੈਡ ਦੀ ਅਮਰਜੈਂਸੀ ਆਦੀ ਆ ਜੇਗੀ ਇਸ ਕਰਕੇ ਦਮੰਦਾ ਤੁਸੀਂ ਆਪਣੇ ਕਾਫ ਪਦਰੋਂ ਨਾ ਤੋਂ ਕਰੋ ਜੇ ਖਾਸ ਕਰਕੇ 24 ਸਦਾ ਕਰਨਾ ਹੈ ਔਰ ਜਿਹੜਾ ਰੈਡ ਦੀ ਅਮਰਜੈਂਸੀ ਦਾ ਦਮੰਦਾ ਜੇ ਤੁਸੀਂ ਉਧਰ ਕੰਪੈਟੀਬਲ ਨਹੀਂ ਹੈ ਤਾਂ ਤੁਸੀਂ ਰੈਡ ਦੀ ਅਮਰਜੈਂਸੀ ਦਾ ਦਮੰਦਾ ਜ਼ਰੂਰ ਕਰੋ ਤੇ ਕਿਉਂਕਿ ਇਹਦੇ ਨਾਲ ਤੁਸੀਂ ਉਮੀਦ ਦੇ ਕੰਪੈਟੀਬਲ ਹੋਵੋਗੇ ਤੇ ਰਿਕੁਆਇਰਮੈਂਟ ਜਿਹੜੀ ਮੈਂ ਪਹਿਲੇ ਦੱਸ ਚੁੱਕੇ ਹਾਂ ਇਹਨਾਂ ਦੇ ਦਮੰਦੇ ਤੁਸੀਂ ਕਰਨੇ ਨੇ ਜੇ ਇੰਤ੍ਰੋ 30 ਅਪ੍ਰੈਲ ਰੈਟੂ ਆਫ ਮਰਜੈਂਸਾ ਵੀ ਔਰ 2400 ਯੂਰੋ ਦਾ ਵੀ ਲੇਕਿਨ ਰੈਦੀਤੂ ਦੀ ਮਰਜੈਂਸਾ ਤਾਂ ਹਰ ਹਾਲਤ ਵਿੱਚ ਦਮੰਦਾ ਕਰਨਾ ਹੀ ਹੈ ਭਾਵੇਂ ਤੁਸੀਂ ਪਹਿਲੇ ਪੈਸੇ ਲੈ ਰਹੇ ਹੋ ਭਾਵੇਂ ਪਹਿਲੇ ਨਹੀਂ ਲੈਂਦੇ ਰਹੇ ਪੈਸੇ ਯਾਨੀ ਕਿ ਪਹਿਲੇ ਤੁਸੀਂ ਦਮੰਦਾ ਕੀਤਾ ਸੀ ਭਾਵੇਂ ਨਹੀਂ ਸੀ ਕੀਤਾ ਹਰ ਹਾਲਤ ਵਿੱਚ ਤੁਸੀਂ ਹੋਂਦ ਦਮੰਦਾ ਕਰਨੀ ਹੈ ਲੇਕਿਨ ਇਹ 2400 ਯੂਰੋ ਦਾ ਦਮੰਦਾ ਜਿਹੜਾ ਹੈ ਇਹ ਦਾ ਥੋੜਾ ਜਿਹਾ مختلف ਹੈ ਜੇ ਤੁਸੀਂ ਪਹਿਲੇ ਜ਼ਿਆਦਾ ਯੂਰੋ ਦਾ ਬੋਨਸ ਲਿਆ ਹੈ ਰਿਡਿਊਸ ਕਰਕੇ ਉਸ ਨੂੰ 4000 ਯੂਰੋ ਨੂੰ 8600 ਯੂਰੋ ਕਰ ਦਿੱਤਾ ਗਿਆ ਲੇਕਿਨ ਇਹ ਆਟੋਮੈਟਿਕ ਹੈ ਜੇ ਤੁਸੀਂ ਪਹਿਲੇ ਪੈਸੇ ਲਏ ਹੋਏ ਨੇ ਇਹਦੇ ਫਿਰ ਤੁਹਾਨੂੰ ਨਵਾਂ ਦਮਾਂਦਾ ਕਰਨ ਦੀ ਲੋੜ ਨਹੀਂ ਹੈ ਇਹ ਆਟੋਮੈਟਿਕਲੀ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ ਤੇ ਜੇ ਤੁਸੀਂ ਕਦੀ ਨਹੀਂ ਕੀਤਾ ਦਮਾਂਦਾ ਹੈ ਵੀ 24 ਯੂਰੋ ਵਾਲੇ ਬੋਨਸ ਦਾ 1000 ਯੂਰੋ ਵਾਲੇ ਬੋਨਸ ਦਾ ਪਹਿਲੇ ਦਿਨ ਲਿਆ ਹੈ ਤਾਂ ਫਿਰ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਹਦਾ ਦਮਾਂਦਾ ਕਰੋ ਫਿਲਹਾਲ ਇਤਨੀ ਸੀ ਮਿਲਾਂਗੇ ਅਗਲੀ ਵੀਡੀਓ ਵਿੱਚ ਜੇ ਕੋਈ ਦੂਵੀ ਹੋਵੇ ਕਮੈਂਟ ਬਾਕਸ 'ਤੇ ਲਿਖੋ ਲੈ ਤਦ ਤੱਕ ਲਈ ਇਜਾਜ਼ਤ ਦਿਓ ਫੇਰ ਮੰਨ ਲਾ